ਅੰਮ੍ਰਿਤਸਰ ਦੇ ਇਲਾਕਾ ਖੰਡਵਾਲਾ ਵਿਖੇ ਇੱਕ ਘਰ ਦੇ ਵਿੱਚ ਅਚਾਨਕ ਸ਼ੋਰਟ ਸਰਕਿਟ ਕਰਕੇ ਲੱਗੀ ਅੱਗ। ਘਰ ਦਾ ਸਾਰਾ ਸਮਾਨ ਸੜ ਕੇ ਹੋ ਗਿਆ ਸਵਾਹ। ਜਿੱਥੇ ਪੰਜਾਬ ਜਿਹੜਾ ਹੈਗਾ ਆ ਹੜ੍ਹਾਂ ਦੀ ਮਾਰ ਝੱਲਦਾ ਪਿਆ, ਉੱਥੇ ਅੰਮ੍ਰਿਤਸਰ ਦਾ ਇੱਕ ਏਰੀਆ ਖੰਡਵਾਲਾ ਜਿਹਦੇ ਵਿੱਚ ਅਚਾਨਕ ਸ਼ੋਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ। ਇੱਥੇ ਘਰ ਦਾ ਸਮਾਨ। ਨਾਮ ਮੇਰਾ ਬੋਬੀ। ਕੀ ਕਾਰਨ ਕੀ ਹੈ ਜੀ ਅੱਗ ਲੱਗਣ ਦਾ? ਮੈਨੂੰ ਤਾਂ ਲੱਗਦਾ ਜੀ ਕੋਈ ਸ਼ੋਰਟ ਸਰਕਟ ਹੋਇਆ ਹੋਣਾ ਵਾ, ਅਤੇ ਉੱਤੇ ਤਾਂ ਕੋਈ ਹੈਗਾ ਨਹੀਂ ਸੀ ਕਮਰੇ 'ਚ। ਗਰਮੀ ਬੜੀ ਅੱਜ ਕੱਲ੍ਹ, ਜਿਨ੍ਹਾਂ ਦੇ ਉੱਤੇ ਕਮਰੇ ਹੁੰਦੇ ਆ ਏਸੀ ਨਹੀਂ ਲੱਗਾ ਹੁੰਦਾ, ਥੱਲੇ ਆ ਜਾਂਦੇ ਆਪਣੇ ਘਰਾਂ 'ਚ। ਰਿਹਾਇਸ਼ ਹੀ ਉੱਤੇ, ਅਤੇ ਉਹ ਭਰਾ ਭਾਬੀ ਉੱਤੇ ਰਹਿੰਦੇ, ਉਹਨਾਂ ਦੀ ਬੇਟਾ ਕੰਮ 'ਤੇ ਗਿਆ ਸੀ ਅਤੇ ਭਰਾ ਭਾਬੀ ਥੱਲੇ ਸੀ ਦੁਕਾਨ 'ਤੇ, ਅਤੇ ਅਚਾਨਕ ਗੁਆਂਢੀਆਂ ਦੱਸਿਆ ਤੁਹਾਡੇ ਕਮਰੇ 'ਚ ਧੂੰਆਂ ਆ ਰਿਹਾ। ਜਦੋਂ ਧੂੰਆਂ ਸਾਰੇ ਜਣੇ ਕੋਠੇ ਚੜ੍ਹ ਕੇ ਵੇਖੇ, ਅੱਗ ਬਹੁਤ ਜ਼ਿਆਦਾ ਮੱਚ ਗਈ ਸੀ। ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਰਹੇ, ਕਿੰਨੀ ਦੇਰ ਫਾਇਰ ਬ੍ਰਿਗੇਡ ਆਈ ਨਹੀਂ, ਉਨੀ ਦੇਰ 'ਚ ਸੜ ਕੇ ਸਵਾਹ ਹੋ ਗਿਆ। ਲੇਟ ਆਈ ਕਾਫੀ। ਤੁਹਾਡਾ ਰੋਪ ਹੈ ਜੀ, ਅਗਰ ਫਾਇਰ ਬ੍ਰਿਗੇਡ ਟਾਈਮ ਸਿਰ ਆ ਜਾਂਦੀ ਤਾਂ ਨੁਕਸਾਨ ਹੋਣ ਤੋਂ ਬਚਣਾ? ਨੁਕਸਾਨ ਹੋਣ ਤੋਂ ਉਹ ਤਾਂ ਬਚਣਾ ਸੀ ਜੀ। ਪ੍ਰਸ਼ਾਸਨ ਤੋਂ ਕੀ ਮੰਗਿਆ ਜੀ? ਪ੍ਰਸ਼ਾਸਨ ਕੋਲ ਇਹ ਮੰਗਿਆ ਜੀ, ਜੇ ਇਹਨਾਂ ਦੀ ਮਦਦ ਹੋ ਸਕਦੀ ਤਾਂ ਮਦਦ ਕਰੇ। ਜੇ ਉਹ ਵਿਚਾਰਿਆਂ ਨਾਲ ਨੁਕਸਾਨ ਹੋਇਆ ਵਾ, ਪ੍ਰਸ਼ਾਸਨ ਜੇ ਕਰ ਸਕਦਾ ਤਾਂ ਜ਼ਰੂਰ ਕਰੇ ਜੀ। ਕਿਸ ਤਰ੍ਹਾਂ ਅੱਗ ਲੱਗੀ ਇਹ ਅੱਗ? ਤੁਸੀਂ ਸਾਨੂੰ ਨਹੀਂ ਪਤਾ ਇਸ ਚੀਜ਼ ਦਾ, ਇਹ ਲੱਗੀ ਆ ਬਹੁਤ ਚਿਰ ਬਾਅਦ, ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਆਈ ਆ। ਠੀਕ ਹੈ ਸਰ, ਅਸੀਂ ਜੋ ਫੋਨ ਮਾਰਦੇ ਰਹੇ ਹਾਂ, ਅਸੀਂ ਸਭ ਨੂੰ ਪੁੱਛਦੇ ਰਹੇ ਹਾਂ, ਪਾਰਟੀਆਂ ਲੈ ਕੇ ਮੁੰਡੇ ਭੱਜਦੇ ਨੱਚਦੇ ਰਹੇ ਆ, ਸਿਲੰਡਰ ਲਾਏ ਆ, ਸਭ ਕੁਛ ਕੀਤਾ ਵਾ। ਕਾਰਨ ਸ਼ਾਰਟ ਸ਼ਾਰਟ ਕਰਨ ਬੱਤੀ ਸਪਾਰਕ ਆ ਜੀ। ਹਾਂਜੀ, ਆ ਰਿਹਾ ਜੀ, ਬਿਲਕੁਲ ਜੀ, ਤੁਸੀਂ ਆਪ ਚੈੱਕ ਕਰ ਸਕਦੇ ਹੋ, ਆਪ ਜਾ ਕੇ ਜਾਣਕਾਰੀ ਲੈ ਸਕਦੇ ਹੋ। ਪਰ ਇੰਨੇ ਟਾਈਮ ਬਾਅਦ ਗੱਡੀ ਆਵੇ ਤਾਂ ਕੀ ਫਾਇਦਾ? ਫੋਨ ਤੁਹਾਨੂੰ ਦੱਸੀਏ, ਇੱਥੇ ਸਾਡੇ ਕੋਲ ਸਾਰੇ ਬੁੱਲਦਿਆਂ ਕੋਲ ਫੋਨ ਹੈਗੇ ਆ, ਸਾਰੇ ਫੋਨ ਮਾਰੇ ਅੱਧੇ ਘੰਟੇ ਬਾਅਦ। ਅੱਧੇ ਘੰਟੇ ਬਾਅਦ ਆ ਕੇ ਜਦੋਂ ਸੜ ਗਿਆ ਸਭ ਕੁਛ, ਤਾਂ ਸਵਾਹ ਹੋ ਗਿਆ, ਤਾਂ ਫਿਰ ਆਈ ਗੱਡੀ। ਮੈਂ ਜੀ ਰਾਹੁਲ ਕੁਮਾਰ, ਯੂਥ ਪ੍ਰੈਜੀਡੈਂਟ ਅੰਮ੍ਰਿਤਸਰ ਤੋਂ। ਹਾਂਜੀ ਸਰ, ਜਿਹੜੀ ਅੱਜ ਅੱਗ ਲੱਗੀ ਹੈ, ਕੀ ਕਾਰਨ ਕੀ ਹੈ ਅੱਗ ਲੱਗਣ ਦਾ? ਇਹ ਜੀ ਘਰਦਿਆਂ ਤੋਂ ਪੁੱਛਿਆ ਗਿਆ ਵਾ, ਉਹ ਕਹਿੰਦੇ ਵੀ ਸ਼ੋਰਟ ਸਰਕਟ ਹੋਇਆ ਜੀ, ਸ਼ੋਰਟ ਸਰਕਟ ਕਰਕੇ ਇਹਨਾਂ ਨੂੰ ਅੱਗ ਲੱਗ ਗਈ ਆ। ਅਤੇ ਅੱਗ ਪਤਾ ਉਦੋਂ ਲੱਗਾ ਜੀ ਜਦੋਂ ਅੱਗ ਬਹੁਤ ਜ਼ਿਆਦਾ ਮੱਚ ਚੁੱਕੀ। ਇਹਨਾਂ ਦੇ ਫੋਨ ਕਰਨ 'ਤੇ ਫਾਇਰ ਬ੍ਰਿਗੇਡ ਨੂੰ, ਫਾਇਰ ਬ੍ਰਿਗੇਡ ਬਹੁਤ ਟਾਈਮ ਲਾ ਚੁੱਕਾ ਹੈ, ਜਿਹਦੇ ਕਰਕੇ ਟਾਈਮ ਲੱਗਣ ਦੇ ਨਾਲ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ। ਇਹਨਾਂ ਦਾ ਵਿਚਾਰਿਆਂ ਦਾ ਇੰਨਾ ਇਨਕਮ ਸੋਰਸ ਵੀ ਨਹੀਂ ਹੈਗਾ, ਅਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ। ਜੇ ਥੋੜ੍ਹੀ ਦੇਰ ਫਾਇਰ ਬ੍ਰਿਗੇਡ ਪਹਿਲਾਂ ਆਉਂਦੀ, ਸ਼ਾਇਦ ਇਹਨਾਂ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ। ਪ੍ਰਸ਼ਾਸਨ ਨੂੰ ਇਹੀ ਕਹਾਂਗੇ ਵੀ ਇਹਨਾਂ ਦਾ ਜੋ ਵੀ ਹੋ ਸਕਦਾ ਵਾ, ਵੱਧ ਤੋਂ ਵੱਧ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ, ਅਤੇ ਵੇਖਿਆ ਜਾਵੇ ਜੋ ਬਣਦਾ ਵਾ। ਮਸਾਂ ਇਹਨਾਂ ਦਾ ਗੁਜ਼ਾਰਾ ਚੱਲਦਾ ਸੀ, ਪਰ ਜੋ ਸਰਕਾਰ ਦੇ ਹੱਥ 'ਚ ਜੋ ਵੀ ਲੋਕ ਕਰ ਸਕਦੇ ਆ, ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਣ। ਹਾਂਜੀ, ਤਰਸੇਮ ਸਿੰਘ ਜੀ, ਮੈਂ ਇੱਥੋਂ ਦਾ ਸੇਵਾਦਾਰ ਇਲਾਕੇ ਦਾ ਜੀ। ਬਸ ਥੋੜ੍ਹਾ ਚਿਰ ਪਹਿਲਾਂ ਪਤਾ ਲੱਗੀ ਵੀ ਚੌਂਕ ਦੇ ਵਿੱਚ ਅੱਗ ਲੱਗੀ ਆ, ਅਤੇ ਅਸੀਂ ਉਸ ਵੇਲੇ ਮੌਕੇ 'ਤੇ ਪਹੁੰਚੇ ਹਾਂ, ਪਰ ਵੇਖਿਆ ਵੀ ਇਹ ਪਰਿਵਾਰ ਦੇ ਜਿਹੜੀ ਅੱਗ ਲੱਗੀ ਕਾਰਨ ਬੜਾ ਬਣਿਆ ਆ, ਇਹ ਸਰ ਸਰਕਟ ਦਾ ਕਾਰਨ ਬਣਿਆ। ਲੇਕਿਨ ਕਾਫੀ ਹੱਦ ਤੱਕ ਲੋਕਾਂ ਨੇ ਰੋ ਰੱਬਾ ਪਾਇਆ ਔਰ ਕੋਸ਼ਿਸ਼ਾਂ ਕੀਤੀਆਂ, ਔਰ ਇਹ ਵੀ ਮੌਕੇ 'ਤੇ ਜਿਹੜੀ ਆ ਫਾਇਰ ਬ੍ਰਿਗੇਡ ਪਹੁੰਚ ਗਈ ਆ, ਔਰ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾ ਲਿਆ ਆ। ਲੇਕਿਨ ਇਹ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਥੋੜ੍ਹਾ ਬਹੁਤ ਜੋ ਘਰ ਦਾ ਸਮਾਨ ਆ ਜਾਂ ਹੋਰ ਉਹਨਾਂ ਦਾ ਮਾਲ ਸੀ ਉਹ ਸੜ ਗਿਆ ਆ। ਚਲੋ ਫਿਰ ਵੀ ਸ਼ੁਕਰ ਕਰਦੇ ਹਾਂ ਵੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਔਰ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਵੀ ਇਹਨਾਂ ਵੱਲ ਧਿਆਨ ਦੇ ਕੇ। ਪਰਿਵਾਰ ਬੜਾ ਗਰੀਬ ਪਰਿਵਾਰ ਆ, ਕਿਉਂਕਿ ਇੱਕੋ ਹੀ ਛੋਟੇ ਜਿਹੇ ਇਸੇ ਮਕਾਨ ਦੇ ਵਿੱਚ ਕਾਫੀ ਪੰਜ ਚਾਰ ਭਰਾ ਰਹਿ ਰਹੇ ਨੇ, ਔਰ ਆਪਣਾ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਆਪਣੀ ਮੁਸ਼ਕਲ ਨਾਲ ਕਰ ਰਹੇ ਨੇ। ਪਰਿਵਾਰ ਮੈਂਬਰਾਂ ਦਾ ਆਰੋਪ ਹੈ ਕਿ ਜਿਹੜੀ ਫਾਇਰ ਬ੍ਰਿਗੇਡ ਆ ਉਹ ਕਾਫੀ ਲੇਟ ਆਈ ਹੈ, ਜਿਹਦੇ ਕਾਰਨ ਜਿਹੜਾ ਨੁਕਸਾਨ ਉਹ ਜ਼ਿਆਦਾ ਹੋਇਆ। ਇਹ ਚਲੋ ਉਹ ਪਰਿਵਾਰ ਲੋਕ ਕਹਿ ਸਕਦੇ ਨੇ, ਲੇਕਿਨ ਫਿਰ ਵੀ ਬੜਾ ਹੱਦ, ਕਾਫੀ ਹੱਦ ਤੱਕ ਫਾਇਰ ਬ੍ਰਿਗੇਡ ਆ ਗਈ ਆ, ਔਰ ਕਾਫੀ ਇਹਨਾਂ ਨੇ ਕਾਬੂ ਪਾ ਲਿਆ। ਤੁਸੀਂ ਵੇਖ ਲਓ ਹੁਣ ਬਿਲਕੁਲ ਅੱਗ ਪੁੱਜ ਚੁੱਕੀ ਆ, ਸਿਰਫ ਅੰਦਰ ਜਿਹੜਾ ਨੁਕਸਾਨ ਹੋ ਰਿਹਾ, ਪੁਲਿਸ ਵੀ ਆ ਚੁੱਕੀ ਆ, ਉਹਦਾ ਜਾਇਜ਼ਾ ਲੈਣ ਵਾਸਤੇ ਆਈ ਆ। ਅਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਪਰਿਵਾਰ ਦੀ ਮਦਦ ਕਰਨ, ਤਾਂ ਜੋ ਪਰਿਵਾਰ ਫਿਰ ਤੋਂ ਆਪਣੇ ਕੰਮ ਕਰ 'ਤੇ ਲਿਆ ਜਾ ਸਕੇ।